ਰਾਤ ਦਾ ਟਾਈਮ ਹੈ ਜੀ ਤੇ ਹੁਣ ਢਾਲ ਗਿਆ ਜੀ ਵੱਛਾ ਜਿਹੜਾ ਸਵੇਰੇ ਪੱਕੇਗਾ। 10-15 ਜਵਾਨ ਬਾਈ ਆ ਗਏ ਨੇ ਇੱਕ ਵੱਛੇ ਨੂੰ ਢਾਣ। ਚਾਂਦਨੀ ਰਾਤ ਹੈ, ਵੱਛਾ ਢਾਣੇ ਕੀ ਬਾਤ ਹੈ। ਦੇਖਿਆ ਹੁਣੇ ਇੱਥੇ ਜਿਹਨਾਂ ਬੰਦਿਆਂ ਦੀਆਂ ਕਰੋ ਕਰੋ ਤਾਂ ਟੁੰਗੋ ਛੁੰਗੋ ਲਓ ਬਾਈ ਬੰਦੇ ਆਉਣ ਲੱਗੇ ਨੇ ਇਹਨੂੰ ਮੈਦਾਨ ਵੱਛੇ ਨੂੰ ਢਾਣ। ਵੱਛੇ ਦੇ ਭੰਨਣ ਲੱਗੇ ਨੇ ਕਾਨ ਇਹ ਨਾ ਨਾ ਇਹਨਾਂ ਦੇ ਆਪਣੇ ਲਾ ਲਓ ਜਿਹਨੇ ਕਾਨ ਜਵਾਨ ਹੋਇਆ ਤੇ ਵੱਛੇ ਢਹਿ ਗਿਆ ਲੇਟ ਹੋ ਗਏ ਉਹ ਸੌ ਜੀ ਕਿੰਨੇ ਘੰਟਿਆਂ 'ਚ ਹੋ ਜਾਏਗਾ ਵੱਛਾ? 2 ਘੰਟਿਆਂ 'ਚ ਪੋਟੀਆਂ ਰੈਡੀ। ਇਹ ਵੱਛਾ ਜੇ ਨਾ ਆਰਾਮ ਨਾਲ ਢਹਿ ਕਰਤਾ ਮੈਂ ਮੱਛਰੇ ਮੁੱਛਜੇਗਾ ਕੋਈ ਇੱਕ ਅੱਧਾ ਬੰਨੇ ਨੂੰ ਲੱਤ ਲੁੱਤ ਮਾੜੇਗਾ ਕੋਈ ਸ਼ੁਗਲ ਮੇਲਾ ਲੱਗੇਗਾ ਸਾਨੂੰ ਬੈਡ ਨੀ ਲੱਭਾ ਅੱਜ ਅਸੀਂ ਗੱਡੀ ਚ ਢਹਿ ਗਏ ਉਦਣ ਦੇ ਬੈਡ ਚ ਪੈਂਦੇ ਟਾਈਮ ਦੇ ਨਾਲ ਚਲੋ ਨਿਕਲੋ ਬੈਡ ਖਾਲੀ ਕਰੋ ਕੋਈ ਗੱਲ ਨੀ ਅੱਜ ਦੀ ਰਾਤ ਹੈ ਨਾ ਸੁਬਾ ਫੇਰ ਸਾਡਾ ਬੈਡ ਠੀਕ ਹੈ ਹੋਰ ਦੱਸੋ ਪੰਡ ਵੀ ਪਾ ਲਈ ਕਰਨ ਵਾਲਾ ਭੱਜਿਆ ਕੰਮ ਕਰਨ ਵਾਲਾ ਛਾਪੜ ਵਿੱਚ ਪਾ ਲਿਆ ਇਹਨੇ ਯਾਨੇ ਵੇਖੋ ਸਾਡੇ ਦੁਆਲੇ ਚੌਵੀ ਸ਼ੇਅਰ ਕਾਰ ਕੇ ਅੰਦਰ ਰਹਿਣੇ ਕੇ ਬਾਅਦ ਆਪਕੋ ਕੈਸਾ ਮਹਿਸੂਸ ਹੋ ਰਿਹਾ ਹੈ? ਦੇਖੋ ਜੀ ਅਸੀਂ ਲੋਕ 24 ਘੰਟੇ ਚੈਲੰਜ ਕਰਦੇ ਘਰ ਦੇ ਵਜੇ ਕੋਈ ਖਾਣ ਪੀਣ ਤੋਂ ਬਗੈਰ ਅਸੀਂ ਤਾਂ ਇੰਝ ਹੀ ਵੇਖੋ ਇੰਨਾ ਚਿਰ ਰਹਿ ਲਿਆ ਜਿਵੇਂ ਚੈਲੰਜ ਕੀਤਾ ਹੁੰਦਾ ਕਿੰਨੇ ਘੰਟੇ ਅਸੀਂ ਰਹਿਣਾ ਘਰ ਅਸੀਂ ਵੜੇ ਹਾਂ ਤੇ ਆਉਂਦੇ ਅਸੀਂ ਤਾਂ ਘਰ ਅਸੀਂ ਵੜਿਆ ਤੇ ਦੇਗਾਂ ਸ਼ੇਗਾਂ ਤੇ ਵਗਣ ਲੱਗ ਪਈਆਂ ਬਾਈ ਸਾਡੇ ਆਉਂਦਿਆਂ ਸੀ ਤਾਂ ਜੇ ਨਾ ਵੇਖੋ ਟੈਂਟ ਵੀ ਲੱਗਣ ਲੱਗ ਪਏ ਨੇ ਸੰਭੂ ਸ਼ੰਭੂ ਮੈਨੂੰ ਪਤਾ ਹੀ ਲੱਗਣ ਦੇ ਨੇ ਮੈਂ ਲੰਮੇ ਪਿਆ ਮੈਂ ਕਰਨ ਹੀ ਦੋ ਇਹਨਾਂ ਨੂੰ ਸ਼ੁਕਰ ਜੇ ਨਾ ਟੈਂਟ ਲਾਉਣ ਵਾਲੇ ਜੇ ਨਾ ਬੰਦੇ ਲਾਏ ਨੇ ਇਹਨਾਂ ਤੇ ਸਾਨੂੰ ਵੀ ਨਾਲ ਲੱਗਣਾ ਪੈਣਾ ਸੀ ਕੰਮ ਕਰਨ ਲਈ ਟਾਈਮ ਤਕਰੀਬਨ ਜੇ ਨਾ
ਪੌਣੇ 9 ਵਜੇ ਦਾ ਹੋਇਆ ਤੇ ਜਵਾਨਾਂ ਦੇ ਕੰਮ ਹੀ ਸਟਾਰਟ ਕਰ ਲਿਆ। ਮੈਂ ਕਿਹਾ 10 11 12 ਵਜੇ ਬਾਅਦ ਸ਼ੁਰੂ ਹੋਣੇ ਕਰਨਾ, ਪਰ ਇਹ ਸਵੇਰੇ ਸਵੇਰੇ ਲੱਭ ਪਏ ਨੇ। ਕੁਰਸੀਆਂ ਟੇਬਲ ਜਿਹਾ ਲੱਗਣ ਦੇ ਹੁਣ। ਹੱਥ ਮੂੰਹ ਜਿਹਾ ਨਾ ਮੈਂ ਧੋ ਲਿਆ ਤੇ ਜਿੰਨ ਜੇ ਪਹਿਲੇ ਜ਼ਮਾਨੇ 'ਚ ਨਹੀਂ ਵਿਆਹ ਕਰਦੇ ਘਰਾਂ 'ਚ ਪਿੰਡ ਥਾਂ 'ਚ ਪੁਰਾਣੇ ਜ਼ਮਾਨੇ 'ਚ ਉਂਝ ਜਿਹਾ ਸੇਮ ਹੀ ਆ ਵੀ ਵਿਆਹ ਹੋਇਆ। ਸੁਬਹਾ ਦੇ ਨਾਚ ਤੇ ਜਾ ਗਈਆਂ ਜੀ ਬੋਟੀਆਂ, ਰਾਤੀ ਜਿਹਾ ਨਾ ਮੱਛਾ ਕੱਢਦੇ ਰਹੇ ਹਾਂ, ਹੁਣ ਦੀ ਨਾ ਜਿਹਾ ਨਹੀਂ ਖਾਵਾਂਗੇ। ਕਲੇਜੀਆਂ ਦਾ ਨਾਚਦਾ ਕੱਲ ਜਿਹੜਾ ਕੰਮ ਰਹਿ ਗਿਆ ਨਾ ਦੂੜਾ, ਅੱਜ ਹੋਏਗਾ ਉਹ ਪੂੜਾ। ਹੱਥ ਫੜ ਲਈ ਸਾਡੀ ਹਾਂਜੀ ਤੈਨੂੰ ਜਾ ਚੰਗੀ ਤੂੰ ਲੈਣੇ ਆਪਣੇ ਹੱਥ ਸੁਹਾਰ ਕੇ ਰੱਖਿਆ ਵੀ ਚੁੱਪ ਨਜ਼ਰ ਆਉਣੀ ਤੈਨੂੰ ਪਤਾ ਨਾ ਤੇਰਾ ਭਰਾ ਪਰੇਸ਼ਾਨ ਹੋ ਗਿਆ, ਹੁਣ ਸਾਡਾ ਤਾਂ ਕੋਈ ਗੁਨਾਹ ਨੀ, ਪਹਿਲੀ ਨੇ ਤਾਂ ਆਉਣਾ ਹੀ ਕਰਨਾ ਹੀ ਨਾ ਕਿਉਂ। ਸਾਡਾ ਹੁਣ ਕਿੰਨਾ ਹੁਣ ਭਰਾ ਤੇਰਾ ਵੱਡਾ ਨੀ ਆ ਕਰਦਾ, ਚੱਲ ਉਠ ਚੱਲ ਉਹਨੂੰ ਪਹਿਲ ਲਾਰਾ ਕਿਉਂ ਲਾਇਆ ਹੈ, ਉਹ ਤਾਂ ਛੁੱਟੀ ਆ ਉਹਨੂੰ ਕਹਿ ਕੇ ਛੁੱਟੀ ਆ।
ਦੋਵੇਂ ਮੈਨੂੰ ਇੰਨਾ ਕੁ ਪਤਾ ਲੱਗਾ ਸੀਗਾ ਮੋਟੀ ਇੱਕ ਹੋਰ ਤਾਈ ਮਾਸੀ ਕੋਲ ਹੁੰਦਾ ਨੀ ਸਾਂ ਚੋਰੀ ਚੋਰੀ ਨਾ ਪਾਉਂਦਾ ਬਾਰ ਬਾਰ ਕੱਪੜੇ ਪੁਰਾਣੀ ਕੋਟ ਸੀ ਬਹੁਤਾ ਤੀਜੀ ਦਾ ਆ ਗਿਆ ਚੌਥੀ ਦਾ ਸਕੂਨ ਆ ਰਿਹਾ ਫਿਰ ਤੂੰ ਕਿਹੜਾ ਪਾਣੀ ਪੁੱਛ ਗਿਆ ਜਵਾਨ ਸਵੇਰ ਦੇ ਜਿਹਨਾਂ ਨੇ ਟੇਬਲ ਟੂਬਲ ਲਾ ਗਏ ਨੇ ਤੇ ਜਾਣੇ ਵੇਖੋ ਕਿੰਜ ਉੱਠੇ ਸੀਧੇ ਕਰਦੇ ਨੇ ਪਾਣੀ ਸੁੱਟਾ ਮੋਟਰਸਾਈਕਲਾਂ ਜਾਂ ਬਾਹਲੇ ਲੋਤੀਆਂ ਨੇ ਤੇ ਧੁੱਪ ਜੇ ਗਰਮਾ ਗਰਮ ਹੋ ਜਾਣੀਆਂ ਸੇਕ ਪਿਆ ਆਹੋ ਅੱਜ ਅਸੀਂ ਆਖਿਆ ਚਲੋ ਸ਼ਕਰਗੜ੍ਹ ਦੇ ਸ਼ਵਾਰਮੇ ਵੀ ਖਾ ਲਈਏ ਆਈਓ ਜੀ ਕਿੰਨੇ ਕਿੰਨੇ ਸ਼ਵਾਰਮਾ ਖਾਣਾ
ਘਰੋਂ ਤੇ ਰੋਟੀ ਪਤਾ ਨਹੀਂ ਕਿਦੋਂ ਲੱਭਣੀ ਜਵਾਰ ਮਖਾ ਲਈ ਮੁੰਡਾ ਵੇਖੋ ਜੇ ਨਾ ਖੋਤੀ ਚ ਪੈਸੇ ਫਰਨ ਆਇਆ ਜੀ ਬਹਿ ਕੇ ਉਹ ਅੱਗੇ ਜਾਣ ਜਾਣ ਡਈ ਰਸਤੇ ਜੀ ਨਾ ਇੱਕ ਬਾਈ ਹੋਰ ਬਣਾ ਜਾਣ ਡਈ ਜੀ ਲਾ ਜੇ ਬੜੀਏ ਪੈਸੇ ਹਰ ਲਈਏ ਅੱਜ ਸਾਡੇ ਤੇ ਉੱਥੇ ਵਲੀਮੈਂ ਅੱਜ ਕਿਸੇ ਦੀ ਬਰਾਤ ਚ ਵੜ ਜਾਈਏ ਘਰ ਵਾਪਸ ਪਹੁੰਚੀਆਂ ਤੇ ਵਲੀਮੇ ਵਾਲੇ ਆ ਵੀ ਗਏ ਨੇ ਮਗਰੋਂ ਦੇਗਾਂ ਵੀ ਰੈਡੀ ਨੇ ਵਲੀਮੇ ਵਾਲੇ ਵੀ ਰੈਡੀ ਨੇ ਘਰ ਵਾਲੇ ਵੀ ਰੈਡੀ ਨੇ ਅਸੀਂ ਰਹਿ ਗਏ ਹਾਂ ਫਿਰ ਮੈਂ ਵੀ ਜਲਦੀ ਨਹਾਵਾਂ ਤੇ ਬੀਬਾ ਬੱਚਾ ਬਣ ਜਾਵਾਂ ਨਵਾਂ ਸੂਟ ਪਾਇਆ ਬਾਬਾ ਜੀ ਨਵੀਂ ਵਾਸਕਰ ਤੇ ਨਵਾਂ ਸੂਟ ਤੇ ਆ ਜੀ ਦੂਲਾ ਕੱਪੜੇ ਵੀ ਨੀ ਦਿੱਤੇ ਘਰ ਦਿਆਂ ਤੇ ਨਾ ਜੇ ਨਾ ਸ਼ੈਂਪੂ ਸ਼ਾਪਣ ਕੁਛ ਵੀ ਨੀ ਦਿੱਤਾ ਜੁੱਤੀ ਵੱਡੀ ਦੇ ਦੀ ਵੀ ਕਿਸੇ ਦੀ ਪਾਈ ਹੈ ਲਓ ਜੀ ਰੋਟੀ ਵੀ ਖੁੱਲ ਗਈ ਹੈ ਲਓ ਜੀ ਬੋਡੀਆਂ ਜਾਣ ਲੱਗ ਪਈਆਂ ਇਹਦੇ ਕੰਮ ਵੇਖਿਆ ਜੀ ਨਾ ਸਟਾਈਲ ਰੋਟੀ ਨੀ ਲੱਭੀ ਸਾਰੇ ਰੋਟੀ ਖਾਂਦੇ ਨਾ ਆਪਣੀ ਮੌਜ ਮਸਤੀ ਚ ਭਰਾਵਾ ਮੈਨੂੰ ਇਸ ਚੀਜ਼ ਦਾ ਕਪੜੇ ਬਦਲ ਹੀ ਲਏ ਨਾ ਤੂੰ ਬਗੈਰ ਹੋ ਵੀ ਆ ਵੀ ਦੱਸਿਆ ਕਿ ਨਹੀਂ ਆਏ ਨੇ ਪਿਛੋਂ ਗੁੱਸਾ ਤੇ ਨੀ ਕਰਦਾ ਤੂੰ ਕਰ ਕੇ ਵੇਖ ਲੈ ਅਜੇ ਵਿਆਹ ਨੀ ਮੁੱਕਿਆ ਹਿੰਮਤ ਕਰਨੀ ਪੈਣੀ ਹੈ ਬਜ਼ੁਰਗਾਂ ਦੀ ਬਹੁਤੀ ਸਪੀਡ ਹੈ ਸਾਡੇ ਨਾਲ ਖਾਓ ਖਾਓ ਪਾਓ ਪਾਓ ਇਹ ਜੋ ਮਾਰੇ ਨੇ ਮੁੰਨੇ ਚਾਂਦ ਭਾਈ ਹੈ ਨਾ ਇਹ ਬਹੁਤ ਪਿਆਰੇ ਹੈ ਸਾਰੇ ਜਵਾਨ ਖਾ ਖੂ ਕੇ ਤੁਰ ਗਏ ਨੇ ਚੱਲ ਤਾਇਆ ਜੀ ਹੋੜੀ ਬੈਠੇ ਨੇ ਅੱਜ ਚੱਲ ਅਸੀਂ ਬੈਠੇ ਅੱਜ ਮੁਕਾਬਲੇ ਪੈ ਗਏ ਅੱਜ ਅਸੀਂ ਨੀ ਉੱਠਣਾ ਪਾਣੀ ਤਾਇਆ ਜੀ ਹੁਣ ਮਿੱਠੇ ਚੌਲ ਲੈ ਗਿਆ ਤਾਇਆ ਜੀ ਹੁਣ ਮਿੱਠੇ ਚੌਲ ਦੇ ਪਾ ਗਏ ਇਹ ਟੇਬਲ ਜੀ ਸਭ ਨੂੰ ਪਹਿਲਾਂ ਬੈਠੇ ਹਨ ਸਭ ਨੂੰ ਪਹਿਲਾਂ ਤੇ ਬੈਠੇ ਨੇ ਅਜੇ ਵੀ ਨੀ ਉੱਠਣ ਦੇ ਜੇ ਵੇਖੋ ਅਡੱਜਣ ਹੀ ਨੀ ਦੇ ਇਹ ਬੰਦੇ ਵੇਖ ਲੋ ਸ਼ਕਲਾਂ ਇਹਨਾਂ ਦੀਆਂ ਆਹ
ਬਸ ਸ਼ਾਮ ਦਾ ਟਾਈਮ ਹੋ ਗਿਆ ਜੀ ਬਾਈ, ਵਲੀਮਾ ਖਤਮ ਹੋ ਗਿਆ, ਕੁਰਸੀਆਂ ਟੈਂਟ ਤੰਬੂ ਲਾਉਣ ਵਾਲੇ ਆ ਗਏ ਨੇ, ਉਹ ਲੈ ਕੇ ਚੱਲੇ ਜੇ ਸਮਾਨ ਨੂੰ।